ਗੁਰੂ ਰੰਧਾਵਾ ਬਲੌਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਦੋਸਤੋ। ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖਿਆ ਸੀਗਾ ਕਿ ਐਸ ਈ ਐਸ ਔਰ ਆਈ ਐਸ ਦਾ ਯੂਜ਼ ਕਿਵੇਂ ਕਿਵੇਂ ਹੁੰਦਾ ਹੈ, ਸਿੰਗੂਲਰਸ ਦੇ ਨਾਲ ਐਸ ਈ ਐਸ, ਪਲੂਰਲਸ ਦੇ ਨਾਲ ਐਸ ਈ ਐਸ ਦਾ ਯੂਜ਼ ਨਹੀਂ ਹੁੰਦਾ। ਇਹ ਚੀਜ਼ਾਂ ਅਸੀਂ ਸਵੇਰ ਵਾਲੀ ਵੀਡੀਓ ਦੇ ਵਿੱਚ ਪੜ੍ਹ ਚੁੱਕੇ ਹਾਂ। ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਆਉਂਦਾ ਹੋਏਗਾ ਕਿ ਐਸ ਔਰ ਈ ਐਸ ਇਹਨਾਂ ਦੋਨਾਂ ਦੇ ਵਿੱਚੋਂ ਐਸ ਕਿੱਥੇ ਯੂਜ਼ ਹੁੰਦਾ ਹੈ ਔਰ ਈ ਐਸ ਕਿੱਥੇ ਯੂਜ਼ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਈ ਐਸ ਦਾ ਯੂਜ਼ ਅਸੀਂ ਕਿੱਥੇ ਕਰਨਾ ਹੁੰਦਾ ਹੈ, ਕਿਹੜੇ ਕਿਹੜੇ ਇਹੋ ਜਿਹੇ ਵਰਬ ਨੇ ਜਿਨ੍ਹਾਂ ਦੇ ਵਿੱਚ ਅਸੀਂ ਈ ਐਸ ਨੂੰ ਲਗਾ ਸਕਦੇ ਹਾਂ। ਜਿਸ ਤਰ੍ਹਾਂ ਕਿ ਸੀ ਐਚ, ਐਸ ਐਚ, ਓ, ਜੈਡ, ਡਬਲ ਐਸ ਔਰ ਐਕਸ, ਡਬਲ ਜੈਡ ਵੀ ਹੋ ਸਕਦਾ ਹੈ। ਇਹ ਸਾਰੇ ਵਰਡਸ ਜਿਹੜੇ ਹੈਗੇ ਨੇ ਇਹ ਵਰਬ ਦੇ ਵੀ ਹੋ ਸਕਦੇ ਨੇ ਔਰ ਵੈਸੇ ਨਾਊਨ ਪ੍ਰੋਨਾਊਨ 'ਚ ਵੀ ਆ ਜਾਂਦੇ ਨੇ। ਹੁਣ ਜੇ ਦੇਖਿਆ ਜਾਵੇ ਸੀ ਐਚ ਸਾਨੂੰ ਕਿੱਥੇ ਮਿਲਦਾ ਹੈ, ਡਬਲਯੂ ਏ ਟੀ ਸੀ ਐਚ ਵਾਚ, ਡਬਲਯੂ ਏ ਐਸ ਐਚ ਵਾਸ਼, ਜੀ ਓ ਗੋ ਜਾਂ ਫਿਰ ਡੀ ਓ, ਇਹਦੇ ਪਿੱਛੇ ਵੀ ਉਹ ਲੱਗੀ ਹੈ, ਬੀ ਯੂ ਡਬਲ ਜੀ, ਬੀ ਓ ਡਬਲ ਐਸ, ਬੀ ਓ ਐਕਸ ਬੋਕਸ। ਇਹ ਵਾਲੇ ਵਰਡ ਜਦੋਂ ਤੁਸੀਂ ਦੇਖੋਗੇ ਇਹਨਾਂ ਦੇ ਵਿੱਚ ਤੁਸੀਂ ਈ ਐਸ ਲਗਾਓਗੇ। ਕਿਸ ਤਰ੍ਹਾਂ? ਡਬਲਯੂ ਏ ਟੀ ਸੀ ਐਚ ਈ ਐਸ ਵਾਚਸ, ਜਿਸ ਤਰ੍ਹਾਂ ਆਪਾਂ ਬੋਲਦੇ ਹਾਂ ਰਾਮ ਵਾਚਸ ਟੈਲੀਵਿਜ਼ਨ, ਠੀਕ ਹੈ ਜੀ, ਰਾਮ ਵਾਚਸ ਟੈਲੀਵਿਜ਼ਨ, ਸੀਤਾ ਵਾਸ਼ਿਸ ਕਲੋਥਸ, ਸ਼ੀ ਡਜ਼ ਸਕੂਲ ਵਰਕ, ਉਹਦੇ ਨਾਲ ਈ ਐਸ ਲੱਗ ਗਿਆ। ਇਸੇ ਤਰ੍ਹਾਂ ਹਰ ਇੱਕ ਵਰਡ ਜਿਸ ਦੇ ਪਿੱਛੇ ਤੁਸੀਂ ਇਹ ਚੀਜ਼ਾਂ ਦੇਖ ਸਕਦੇ ਹੋ ਉਹਨਾਂ ਦੇ ਨਾਲ ਤੁਸੀਂ ਈ ਐਸ ਦਾ ਯੂਜ਼ ਕਰ। ਤਾਂ ਦੋਸਤੋ ਇਹ ਸੀ ਵੀਡੀਓ ਜਿਹਦੇ ਵਿੱਚ ਅਸੀਂ ਈ ਐਸ ਦਾ ਯੂਜ਼ ਕੀਤਾ। ਹੁਣ ਅਗਲੀ ਵੀਡੀਓ ਦੇ ਵਿੱਚ ਮੈਂ ਦੱਸੂੰਗੀ ਕਿੱਥੇ ਤੁਸੀਂ ਐਸ ਦਾ ਯੂਜ਼ ਕਰਨਾ ਹੈ ਵਰਬਸ ਦੇ ਨਾਲ। ਥੈਂਕ ਯੂ ਸੋ ਮੱਚ।